ਕਿਸੇ ਦੇ ਆਫਿਸ ਦੇ ਵਿੱਚ ਬਹਿ ਕੇ ਆਪਾਂ ਕੋਈ ਡਿਸਕਸ਼ਨ ਕਰਦੇ ਸੀ ਕੇਸ ਬਾਰੇ, ਉੱਥੇ ਹਿੰਦੀ ਦੀ ਚਾਦਰ ਇੱਕ ਪੁਸਤਕ ਪਈ ਸੀ ਹਿੰਦੀ ਦੇ ਵਿੱਚ, ਮੈਨੂੰ ਪੰਜਾਬੀ ਪਹਿਲਾਂ ਨਹੀਂ ਆਉਂਦੀ ਸੀ, ਤੇ ਜਦੋਂ ਮੈਂ ਉਹਦੀ ਬੁੱਕ ਨੂੰ ਪੜ੍ਹਨਾ ਸ਼ੁਰੂ ਕੀਤਾ, ਉਹਨੂੰ ਜਦੋਂ ਬੰਦ ਕਰਨ ਲੱਗੀ, ਉੱਥੇ ਇੱਕ ਸ਼ਬਦ ਸੀ ਸਨਾਤਨ ਧਰਮ ਵਾਸਤੇ, ਤਿਲਕ ਜੰਜੂ ਵਾਸਤੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਔਰੰਗਜ਼ੇਬ ਨੇ ਕਲਮ ਕੀਤਾ। ਮੈਂ ਸੋਚਿਆ ਔਰੰਗਜ਼ੇਬ ਨੂੰ ਮੈਂ ਪੜ੍ਹਿਆ, ਲੇਕਿਨ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੌਣ ਹਨ? ਤੇ ਇਹਨੂੰ ਲੈ ਕੇ ਜਦੋਂ ਮੇਰੇ ਮਨ 'ਚ ਜਿਗਿਆਸਾ ਹੋਈ ਤੇ ਮੈਂ ਇਹਨੂੰ ਲੈ ਕੇ ਆਪਣੇ ਘਰ ਪਹੁੰਚੀ ਤੇ ਮੈਂ ਕਿਹਾ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੌਣ ਹਨ? ਪੈਸਾ ਕਮਾਉਂਦੇ ਹਾਂ ਅਸੀਂ, ਧਨ ਦੌਲਤ ਕਮਾਉਂਦੇ ਹਾਂ, ਪਰਿਵਾਰ, ਲੇਕਿਨ ਜਿਸਨੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰਤਾ, ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਵਾਸਤੇ ਸ਼ਹਾਦਤ ਦਿੱਤੀ ਹੋਵੇ, ਤੇ ਅਸੀਂ ਅੱਜ ਉਹਨਾਂ ਦਾ ਨਾਂ ਵੀ ਨਹੀਂ ਲੈ ਸਕਦੇ, ਸਾਨੂੰ ਇਤਿਹਾਸ ਹੀ ਨਹੀਂ ਪਤਾ। ਵੀਰੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਜੇ ਤਿਲਕ ਜਨੇਊ ਬਚਾ ਹੋਇਆ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨ ਹੈ। ਜਦੋਂ ਸ਼ਹਾਦਤ ਦੀ ਗੱਲ ਆਵੇ ਤੇ ਅਸੀਂ ਉਹਨਾਂ ਦੇ ਕੋਲ ਪਹੁੰਚਦੇ ਹਾਂ, ਗੁਰੂ ਸਾਹਿਬ ਸਾਡੇ ਵਾਸਤੇ ਸ਼ਹਾਦਤ ਦਵੋ, ਸਾਡਾ ਧਰਮ ਡੁੱਬਦਾ ਜਾ ਰਿਹਾ, ਸਾਡਾ ਤਿਲਕ ਜੰਜੂ ਜਿਹੜਾ ਹੈ ਉਹ ਔਰੰਗਜ਼ੇਬ ਜ਼ਬਰਦਸਤੀ ਸਾਨੂੰ ਮੁਸਲਿਮ ਬਣਾ ਰਿਹਾ ਹੈ। ਕਿ ਜਿਹੜੀ ਨੌ ਨਿਧੀਆਂ ਮੈਂ ਮਹਿਸੂਸ ਕਰਦੀ ਹਾਂ ਉਹ ਹੈ ਗਿਆਨ, ਧਿਆਨ, ਪ੍ਰਚਾਰ, ਪ੍ਰਸਾਰ, ਭਗਤੀ, ਪ੍ਰੇਮ, ਆਨੰਦ। ਇਹ ਉਹ ਧਰਮ ਹੈ ਜਿੱਥੇ ਸਤਿਕਾਰ ਨਾਲ, ਕੋਈ ਪਿਆਰ ਨਾਲ ਇਹ ਧਰਮ ਤੋਂ ਪ੍ਰਭਾਵਿਤ ਹੋ ਕੇ ਹੀ ਅੰਮ੍ਰਿਤ ਛਕਦਾ ਹੈ। ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ, ਜਿਹਨੂੰ ਕਹਿੰਦੇ ਨੇ ਅਨੰਦਾ ਦੀ ਪੁਰੀ, ਖਾਲਸੇ ਦੀ ਜਨਮ ਭੂਮੀ ਹੈ। ਖੜੇ ਅਸੀਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹਾਂ, ਪਰ ਯਾਦ ਸਾਨੂੰ ਖਾਲਸੇ ਦੀ ਧਰਤੀ ਤੇ ਆ ਰਹੀ ਹੈ। ਕਿਉਂ ਆ ਰਹੀ ਹੈ? ਕਿਉਂਕਿ ਉਹ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਸਿੰਘ ਤੇ ਕੌਰ ਦਾ ਦਰਜਾ ਦਿੱਤਾ ਸੀ। ਹਰ ਕਿਸੇ ਨੂੰ ਆਪਣੇ ਧਰਮ ਦੇ ਨਾਲ ਬਹੁਤ ਪਿਆਰ ਹੁੰਦਾ ਹੈ। ਹੁਣ ਜਦੋਂ ਅਸੀਂ ਇਸ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੇ ਹਾਂ, ਤੇ ਇੱਥੇ ਮੁਲਾਕਾਤ ਹੁੰਦੀ ਇੱਕ ਐਸੇ ਖਾਸ ਸ਼ਖਸ ਦੇ ਨਾਲ ਜਿਹੜੇ ਸਨਾਤਨ ਧਰਮ ਤੋਂ ਸੰਬੰਧ ਰੱਖਦੇ ਸਨ, ਜਿਨ੍ਹਾਂ ਦਾ ਨਾਮ ਸੀ ਅਨੁਰਾਧਾ ਭਾਰਗਵ, ਤੇ ਅਨੁਰਾਧਾ ਭਾਰਗਵ ਹੁਣ ਇਸ ਵੇਲੇ ਅਨੁਰਾਧਾ ਕੌਰ ਖਾਲਸਾ ਬਣ ਚੁੱਕੇ ਨੇ। ਸੋ ਇਸ ਪਿੱਛੇ ਉਹਨਾਂ ਦੀ ਕਹਾਣੀ ਕੀ ਹੈ, ਇਹ ਜਾਣਨ ਦੇ ਲਈ ਬੜੀ ਦਿਲਚਸਪੀ ਹੋ ਰਹੀ ਹੈ। ਸੋ ਸਾਡੇ ਨਾਲ ਇਸ ਵੇਲੇ ਉਹ ਮੌਜੂਦ ਵੀ ਨੇ। ਸੋ ਇਸ ਵੇਲੇ ਗੰਗਾ ਘਾਟ ਵਿਖੇ ਅਸੀਂ ਮੌਜੂਦ ਹਾਂ, ਤੇ ਅਨੁਰਾਧਾ ਕੌਰ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ। ਕਿਵੇਂ ਉਹ ਅਨੁਰਾਧਾ ਖਾਲਸਾ ਬਣੇ, ਸੋ ਉਹਨਾਂ ਤੋਂ ਉਹਨਾਂ ਦੀ ਪੂਰੀ ਕਹਾਣੀ ਜਾਣ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਅਨੁਰਾਧਾ ਜੀ, ਭਾਰਗਵ ਤੋਂ ਬਾਅਦ ਕੌਰ ਖਾਲਸਾ ਤੁਹਾਡੇ ਨਾਮ ਨਾਲ ਕਿਵੇਂ ਲੱਗਿਆ? ਵਾਹਿਗੁਰੂ ਜੀ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਵਕਾਲਤ ਕਰਦੀ ਸੀ, ਮੈਂ ਕ੍ਰਿਮੀਨਲ ਲਾਇਰ ਸੀ, ਤੇ ਕਾਫੀ ਸਮੇਂ ਤੋਂ ਮੈਂ ਵਕਾਲਤ ਕਰਦੀ ਆ ਰਹੀ ਸੀ, ਤੇ ਮੈਨੂੰ ਦੇਖੋ ਸਿੱਖ ਗੁਰੂਆਂ ਬਾਰੇ ਕੁਛ ਨਹੀਂ ਪਤਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ, ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਜੇ ਆਪਾਂ ਦੇਖੀਏ ਤੇ ਮੁਗਲ ਸ਼ਾਸਕਾਂ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਲੇਕਿਨ ਸਾਡੇ ਸ਼ੂਰਵੀਰ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦੇ ਤੇ ਇੰਨੇ ਸ਼ਹੀਦ ਹੋਏ ਨੇ, ਤੇ ਉਹਨਾਂ ਦੇ ਬਾਰੇ ਪੜ੍ਹਾਇਆ ਨਹੀਂ ਜਾਂਦਾ, ਤੇ ਅਸੀਂ ਇਸ ਸਟੱਡੀ ਤੋਂ ਕਦੇ ਰੂਬਰੂ ਨਹੀਂ ਹੋਏ। ਤੇ ਜਦੋਂ ਮੈਨੂੰ 2019 ਦੇ ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਾ ਵੀ ਕਿਵੇਂ ਇੱਕ ਕਹਿੰਦੇ ਆ ਇੱਕ ਲਾਈਨ ਪੂਰੀ ਜ਼ਿੰਦਗੀ ਬਦਲ ਸਕਦੀ ਹੈ। ਕਿਸੇ ਦੇ ਆਫਿਸ ਦੇ ਵਿੱਚ ਬਹਿ ਕੇ ਆਪਾਂ ਕੋਈ ਡਿਸਕਸ਼ਨ ਕਰਦੇ ਸੀ ਕੇਸ ਬਾਰੇ, ਉੱਥੇ ਹਿੰਦੀ ਦੀ ਚਾਦਰ ਇੱਕ ਪੁਸਤਕ ਪਈ ਸੀ ਹਿੰਦੀ ਦੇ ਵਿੱਚ, ਮੈਨੂੰ ਪੰਜਾਬੀ ਪਹਿਲਾਂ ਨਹੀਂ ਆਉਂਦੀ ਸੀ, ਤੇ ਜਦੋਂ ਮੈਂ ਉਹਦੀ ਬੁੱਕ ਨੂੰ ਪੜ੍ਹਨਾ ਸ਼ੁਰੂ ਕੀਤਾ, ਉਹਨੂੰ ਜਦੋਂ ਬੰਦ ਕਰਨ ਲੱਗੀ, ਉੱਥੇ ਇੱਕ ਸ਼ਬਦ ਸੀ ਸਨਾਤਨ ਧਰਮ ਵਾਸਤੇ, ਤਿਲਕ ਜੰਜੂ ਵਾਸਤੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਔਰੰਗਜ਼ੇਬ ਨੇ ਕਲਮ ਕੀਤਾ। ਮੈਂ ਸੋਚਿਆ ਔਰੰਗਜ਼ੇਬ ਨੂੰ ਮੈਂ ਪੜ੍ਹਿਆ, ਲੇਕਿਨ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੌਣ ਹਨ? ਤੇ ਇਹਨੂੰ ਲੈ ਕੇ ਜਦੋਂ ਮੇਰੇ ਮਨ 'ਚ ਜਿਗਿਆਸਾ ਹੋਈ ਤੇ ਮੈਂ ਇਹਨੂੰ ਲੈ ਕੇ ਆਪਣੇ ਘਰ ਪਹੁੰਚੀ ਤੇ ਮੈਂ ਕਿਹਾ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕੌਣ ਹਨ? ਤੇ ਮੇਰੇ ਪਰਿਵਾਰ ਨੇ ਕਿਹਾ ਇਹ ਸਿੱਖਾਂ ਦੇ ਗੁਰੂ ਨੇ, ਅਸੀਂ ਨਹੀਂ ਜਾਣਦੇ ਇਹਨਾਂ ਦੇ ਬਾਰੇ, ਗੁਰਦੁਆਰਾ ਸਾਹਿਬ 'ਚ ਇਹਨਾਂ ਦਾ ਪਾਠ ਹੁੰਦਾ ਹੈ। ਤੇ ਇਹਨੂੰ ਲੈ ਕੇ ਜਦੋਂ ਮੈਂ ਬਾਬਾ ਰਾਮ ਸਿੰਘ ਜੀ ਜਿਹੜੇ
ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ, ਮੈਂ ਉਹਨਾਂ ਦੇ ਕੋਲ ਗਈ, ਬਾਬਾ ਜੋਗਾ ਸਿੰਘ ਜੀ ਵੀ ਉੱਥੇ ਬੈਠੇ ਸੀ, ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਮੈਂ ਆਪਣੀ ਜਿਗਿਆਸੂ ਜਿਹੜੀ ਮੇਰੀ ਜਿਗਿਆਸਾ ਸੀ ਮੈਂ ਉਹਨਾਂ ਦੇ ਕੋਲ ਬੈਠੀ ਰਹੀ। ਉਹਨਾਂ ਨੇ ਮੈਨੂੰ ਬਹੁਤ ਸਤਿਕਾਰ ਨਾਲ ਗੁਰੂ ਸਾਹਿਬ ਬਾਰੇ ਦੱਸਿਆ। ਭੈਣੇ ਮੈਂ ਦੱਸ ਨਹੀਂ ਸਕਦੀ ਉਹ ਦਿਨ ਕਿਹੜਾ ਸੀ, ਮੇਰੇ ਦਿਲ 'ਚ ਇੰਨਾ ਵੈਰਾਗ ਜਾਗ ਗਿਆ ਕਿ ਦੇਖੋ ਅਸੀਂ ਕਿੱਥੇ ਹਾਂ, ਅਸੀਂ ਇੱਥੇ ਪੈਸਾ ਕਮਾਉਂਦੇ ਹਾਂ, ਅਸੀਂ ਧਨ ਦੌਲਤ ਕਮਾਉਂਦੇ ਹਾਂ ਪਰਿਵਾਰ, ਲੇਕਿਨ ਜਿਸ ਨੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰਤਾ, ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਵਾਸਤੇ ਸ਼ਹਾਦਤ ਦਿੱਤੀ ਹੋਵੇ, ਤੇ ਅਸੀਂ ਅੱਜ ਉਹਨਾਂ ਦਾ ਨਾਂ ਵੀ ਨਹੀਂ ਲੈ ਸਕਦੇ, ਸਾਨੂੰ ਇਤਿਹਾਸ ਹੀ ਨਹੀਂ ਪਤਾ। ਉਸ ਦਿਨ ਮੈਂ ਪ੍ਰਣ ਲਿਆ ਕਿ ਵੇਖੋ ਮੈਂ ਹੁਣ ਆਪਣਾ ਜੀਵਨ ਸਾਰਾ ਗੁਰੂ ਸਾਹਿਬ ਦੇ ਚਰਨਾਂ 'ਚ ਲਾਉਣਾ ਹੈ। ਉਸ ਦਿਨ ਤੋਂ ਬਾਅਦ ਮੇਰਾ ਸਫ਼ਰ ਸ਼ੁਰੂ ਹੋਇਆ ਸੀ, ਤੇ ਜਦੋਂ ਮੈਂ ਇੱਕ ਦਿਨ ਦਿੱਲੀ ਜਾਂਦੀ ਸੀ ਤੇ ਮੈਂ ਉੱਥੇ 9 ਜਨਵਰੀ ਨੂੰ ਦੇਖਿਆ ਕਿ ਉੱਥੇ ਔਰੰਗਜ਼ੇਬ ਲੇਨ ਸੀ, ਹਾਲਾਂਕਿ ਨਹੀਂ ਹੋਣੀ ਚਾਹੀਦੀ। ਵੇਖੋ ਸਰਕਾਰ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਜਿਸ ਕਰੂਰ ਸ਼ਾਸਕ ਨੇ ਸਾਡੇ ਗੁਰੂ ਸਾਹਿਬ ਦਾ ਸ਼ੀਸ਼ ਕਤਲ ਕੀਤਾ ਹੋਏ ਤੇ ਉਹਦੇ ਬਿਲਕੁਲ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਕੋਲ ਹੀ ਉਹ ਲੇਨ ਸੀ, ਤੇ ਮਨ 'ਚ ਬਹੁਤ ਵੈਰਾਗ ਆਇਆ। ਤੇ ਜਦੋਂ ਮੇਰੇ ਭਾਵ ਸੀ ਉਹ ਭਾਵ ਦੇ ਚੱਲਦੇ ਮੈਂ ਉਹ ਔਰੰਗਜ਼ੇਬ ਲੇਨ ਨੂੰ ਅੱਗ ਲਾਤੀ, ਤੇ ਜਦੋਂ ਮੈਂ ਅੱਗ ਲਾਈ ਤੇ ਫਿਰ ਮੈਨੂੰ ਤਿਹਾੜ ਜਾਣਾ ਪਿਆ, ਮੇਰੇ ਉੱਤੇ ਕੇਸ ਪੈ ਗਿਆ, ਤੇ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਮ ਡੇ ਮੇਰੀ ਜ਼ਮਾਨਤ ਹੋਈ। ਤੇ ਵੇਖੋ ਉਹ ਔਰੰਗਜ਼ੇਬ ਲੇਨ ਅੱਜ ਤੱਕ ਬਹੁਤ ਸਾਰੇ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ, ਲੇਕਿਨ ਗੁਰੂ ਸਾਹਿਬ ਨੇ ਮੈਨੂੰ ਸੇਵਾ ਬਖਸ਼ੀ ਸੀ। ਆਪ ਹੁਣ ਵੀ ਜਾ ਕੇ ਵੇਖ ਸਕਦੇ ਹੋ, ਹੁਣ ਨਹੀਂ ਹੈਗੀ ਦਿੱਲੀ 'ਚ ਨਾ, ਹੁਣ 2-3 ਮਹੀਨਾ ਪਹਿਲਾਂ ਹੀ ਸਰਕਾਰ ਨੇ ਉਹਨੂੰ ਹਟਾ ਦਿੱਤਾ। ਅਸੀਂ ਬਹੁਤ ਵੱਡੀ ਲੜਾਈ ਲੜੀ ਇਹਦੇ ਵਾਸਤੇ, ਮੇਰੇ ਉੱਤੇ ਕੇਸ ਵੀ ਪਿਆ ਹੈ, ਹੁਣ ਮਾਰਚ ਦੇ ਵਿੱਚ ਵੀ ਮੇਰੀ ਡੇਟ ਹੈ, ਲੇਕਿਨ ਅਸੀਂ ਕਦੇ ਬੁਰਾਈ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਹੈ, ਸਾਨੂੰ ਸਿਧਾਂਤ ਬਖਸ਼ਿਆ ਹੈ, ਅਸੀਂ ਉਹਦੇ ਸਿਧਾਂਤ ਤੇ ਚੱਲ ਕੇ ਹੀ ਅਸੀਂ ਬੁਰਾਈਆਂ ਦੇ ਖਿਲਾਫ ਲੜਦੇ ਹਾਂ। ਅਨੁਰਾਧਾ ਜੀ, ਗੱਲ ਸਮਝਣ ਦੀ ਜ਼ਰੂਰਤ ਹੈ, ਇੱਕ ਧਰਮ ਤੋਂ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਨੂੰ ਅਪਣਾਉਣਾ ਸੌਖਾ ਨਹੀਂ ਹੁੰਦਾ, ਪਰਿਵਾਰ ਨੇ ਵਿਰੋਧ ਕੀਤਾ ਹੋਏਗਾ। ਜਿਸ ਵੇਲੇ ਤੁਸੀਂ ਇਹ ਧਰਮ ਅਪਣਾਇਆ ਜਾਂ ਇਸ ਧਰਮ ਪ੍ਰਤੀ ਤੁਹਾਡੀ ਚੇਟਕ ਲੱਗੀ, ਤੁਸੀਂ ਸ਼ਾਦੀਸ਼ੁਦਾ ਸੀ? ਹਾਂਜੀ ਹਾਂਜੀ, ਮੇਰੇ 2 ਬੱਚੇ ਨੇ, ਇੱਕ ਇਹ ਆਪ ਜੀ ਦੇ ਕੋਲ ਬੈਠਾ ਹੋਇਆ, ਇੱਕ ਹੋਰ ਹੈ 15 ਸਾਲ ਦਾ ਮੁੰਡਾ ਹੈ ਮੇਰਾ। ਤੇ ਮਤਲਬ ਪਰਿਵਾਰ ਵੱਲੋਂ ਸ਼ੁਰੂਆਤ ਹੋਈ ਵਿਰੋਧ ਦੀ, ਆਪ ਜੀ ਜਾਣਦੇ ਹੀ ਹੋ, ਤੇ ਫਿਰ ਦੁਬਾਰਾ ਮੇਰੇ ਸਮਾਜ ਨੇ ਵਿਰੋਧ ਕੀਤਾ, ਹਾਲਾਂਕਿ ਮੇਰੀ ਵਕਾਲਤ ਹੋਵੇ ਭਾਵੇਂ ਮੇਰਾ ਹੋਰ ਸਮਾਜ ਹੋਵੇ, ਸਭ ਨੇ ਮੇਰਾ ਬਹੁਤ ਵਿਰੋਧ ਕੀਤਾ। ਕਹਿੰਦੇ ਜੀ ਤੁਸੀਂ ਸ਼੍ਰੀ ਰਾਮ ਦਾ ਕਿਉਂ ਨਹੀਂ ਪ੍ਰਚਾਰ ਕਰਦੇ, ਤੁਸੀਂ ਸਨਾਤਨ ਦਾ ਪ੍ਰਚਾਰ ਕਿਉਂ ਨਹੀਂ ਕੀਤਾ। ਅਸੀਂ ਉਹਨਾਂ ਨੂੰ ਕਿਹਾ, ਵੀਰੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿ ਜੇ ਤਿਲਕ ਜਨੇਊ ਬਚਾ ਹੋਇਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨ ਹੈ। ਜਦੋਂ ਸ਼ਹਾਦਤ ਦੀ ਗੱਲ ਆਵੇ ਤੇ ਅਸੀਂ ਉਹਨਾਂ ਦੇ ਕੋਲ ਪਹੁੰਚਦੇ ਹਾਂ, ਗੁਰੂ ਸਾਹਿਬ ਸਾਡੇ ਵਾਸਤੇ ਸ਼ਹਾਦਤ ਦਵੋ, ਸਾਡਾ ਧਰਮ ਡੁੱਬਦਾ ਜਾ ਰਿਹਾ, ਸਾਡਾ ਤਿਲਕ ਜਨੇਊ ਜਿਹੜਾ ਹੈ ਉਹ ਔਰੰਗਜ਼ੇਬ ਜ਼ਬਰਦਸਤੀ ਸਾਨੂੰ ਮੁਸਲਿਮ ਬਣਾ ਰਿਹਾ ਹੈ। ਤੇ ਜਦੋਂ ਸ਼ਹਾਦਤ ਹੋ ਜਾਵੇ ਤੇ ਅਸੀਂ ਉਹਨਾਂ ਨੂੰ ਸਿੱਖਾਂ ਦਾ ਗੁਰੂ ਕਰਾਰ ਕਰ ਦਿੰਦੇ ਹਾਂ, ਇਹ ਤਾਂ ਮੈਂ ਨਹੀਂ ਸਮਝਦੀ ਇਹ ਸਾਡੇ ਵਾਸਤੇ ਹੋਣਾ ਚਾਹੀਦਾ, ਕਿਉਂਕਿ ਸਿੱਖਾਂ ਦੇ ਗੁਰੂ ਇਹ ਤੁਸੀਂ ਇਹਨਾਂ ਨੂੰ ਸੀਮਿਤ ਦਾਇਰੇ 'ਚ ਨਹੀਂ ਕਹਿ ਸਕਦੇ, ਇਹ ਸਭ ਦੇ ਗੁਰੂ ਨੇ, ਇਹ ਸਿਸ਼ਟ ਦੀ ਚਾਦਰ ਨੇ, ਮਾਨਵਤਾ ਦੇ ਗੁਰੂ ਨੇ। ਤੇ ਵੇਖੋ ਮੇਰਾ ਬਹੁਤ ਵਿਰੋਧ ਹੋਇਆ, ਮੈਨੂੰ ਧਮਕੀਆਂ ਵੀ ਬਹੁਤ ਆਈ, ਲੇਕਿਨ ਮੈਂ ਕਦੇ ਇਹਨੂੰ ਇਸ ਚੀਜ਼ ਨੂੰ ਐਕਸਪੋਜ਼ ਨਹੀਂ ਕੀਤਾ, ਕਿਉਂਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੋਟ ਆਸਰਾ ਲੈ ਕੇ ਚੱਲਦੀ ਹਾਂ। ਤੇ ਵਿਰੋਧ ਮੈਂ ਬਹੁਤ ਚੱਲਿਆ, ਬਹੁਤ ਮੈਂ ਕਹਿ ਨਹੀਂ ਸਕਦੀ, ਮਤਲਬ ਜੇ ਕੋਈ ਮੇਰੇ ਥਾਂ ਤੇ ਕੋਈ ਹੋਰ ਹੁੰਦਾ ਤੇ ਮਤਲਬ ਉਹ ਸਭ ਕੁਝ ਛੱਡ ਕੇ ਹੀ ਚਲਾ ਜਾਂਦਾ, ਲੇਕਿਨ ਮੈਂ ਉਸ ਵਿਰੋਧ ਨੂੰ ਗੁਰੂ ਦਾ ਪ੍ਰਸ਼ਾਦ ਸਮਝ ਕੇ ਚੱਲਿਆ ਹੈ, ਕਿਉਂਕਿ ਗੁਰੂ ਨੇ ਮੈਨੂੰ ਤਾਕਤ ਦਿੱਤੀ ਸੀ ਪ੍ਰਚਾਰ ਕਰਾਉਣਾ ਸੀ। ਤੇ ਮੈਂ ਤਾਂ ਇਹੀ ਕਹਿੰਦੀ ਹਾਂ, 135 ਕਰੋੜ ਲੋਕਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਇੰਨਾ ਲੱਕੀ ਸਮਝਦੀ ਹਾਂ ਕਿ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੰਨਾ ਵੱਡਾ ਆਸ਼ੀਰਵਾਦ ਕਿਸੇ ਨੂੰ ਨਹੀਂ ਮਿਲਿਆ ਹੋਣਾ। ਅੱਛਾ ਅਨੁਰਾਧਾ ਜੀ, ਜ਼ਿੰਦਗੀ ਦੇ ਸਫ਼ਰ ਵਿੱਚ ਕਹਿੰਦੇ ਨੇ ਕਿ ਹਮਸਫ਼ਰ ਹਮੇਸ਼ਾ ਤੁਹਾਡੀ ਚੰਗੀ ਜਾਂ ਮਾੜੀ ਹਰ ਚੀਜ਼ ਦੇ ਵਿੱਚ ਤੁਹਾਡਾ ਸਾਥ ਦਿੰਦਾ, ਤੁਹਾਡੇ ਹਸਬੈਂਡ ਨੇ ਇਸ ਗੱਲ ਨੂੰ ਕਿੱਦਾਂ ਅਸੈਪਟ ਕੀਤਾ, ਨੈਗੇਟਿਵ ਲਿੱਤਾ, ਪੋਜ਼ਿਟਿਵ ਲਿੱਤਾ, ਜਾਂ ਤੁਹਾਡਾ ਸਾਥ ਦਿੱਤਾ, ਕਿਉਂਕਿ ਔਕੜਾਂ ਤਾਂ ਬਹੁਤ ਆਈਆਂ ਹੋਣਗੀਆਂ?
ਬਹੁਤ ਮੇਰੇ ਸਾਹਮਣੇ ਬਹੁਤ ਮੁਸ਼ਕਿਲ ਆਈਆਂ। ਹਸਬੈਂਡ ਨੇ ਮੇਰੇ ਦੇਖੋ ਸਟਾਰਟਿੰਗ ਚ ਜਦੋਂ ਫੈਮਿਲੀ ਹੁੰਦੀ ਆਪ ਜੀ ਸਮਝ ਸਕਦੇ ਹੋ, ਜਦੋਂ ਧਮਕੀਆਂ ਆਣ ਤੇ ਜਦੋਂ ਵਿਰੋਧ ਹੋਵੇ ਤੇ ਇੱਕ ਮਹਿਲਾ ਜਦੋਂ ਪੈਰ ਨਿਕਾਲਦੀ ਹੈ ਨਾ, ਤੁਸੀਂ ਵੀ ਸਮਝ ਸਕਦੇ ਹੋ ਕਿੰਨਾ ਔਖਾ ਹੁੰਦਾ ਸਮਾਜ ਦੇ ਵਿੱਚ ਵਿਚਰਨਾ। ਲੋਕੀ ਵਿਰੋਧ ਸ਼ੁਰੂ ਕਰ ਦਿੰਦੇ, ਜਦੋਂ ਤੱਕ ਵਕਾਲਤ ਕੀਤੀ ਕਿਸੇ ਨੇ ਵਿਰੋਧ ਨਹੀਂ ਕੀਤਾ, ਜਦੋਂ ਪ੍ਰਚਾਰ ਸ਼ੁਰੂ ਕਰਤਾ। ਧਰਮ ਦੇ ਮਾਰਗ ਤੇ ਚੱਲਣਾ ਇੰਨਾ ਸੌਖਾ ਨਹੀਂ ਹੈ ਤੇ ਖਾਸ ਕਰ ਉਹ ਵੀ ਮਹਿਲਾ ਵਾਸਤੇ ਤੇ ਪਰਿਵਾਰ। ਜਦੋਂ ਸਮਾਜ ਨੇ ਵਿਰੋਧ ਕੀਤਾ ਤੇ ਫਿਰ ਮੇਰੇ ਹਸਬੈਂਡ ਵੀ ਥੋੜਾ ਜਿਹਾ ਡੋਲ ਗਏ ਸੀ ਥੋੜੇ ਟਾਈਮ ਵਾਸਤੇ, ਤੇ ਫਿਰ ਜਦੋਂ ਉਹਨਾਂ ਨੂੰ ਇਹ ਲੱਗਾ ਕਿ ਨਹੀਂ ਇਹਦੀ ਲਗਨ ਨਹੀਂ ਹਟਣੇ ਵਾਲੀ, ਆਪਾਂ ਇਹਨੂੰ ਕਿੰਨਾ ਵੀ ਸਮਝਾ ਲੇ, ਫਿਰ ਮੇਰੇ ਬੱਚੇ ਨੇ, ਮੈਂ ਤਾਂ ਖੁਸ਼ ਹੁੰਦੀ ਹਾਂ ਮੇਰੇ ਬੱਚੇ ਨੇ ਆਵਾਜ਼ ਚੁੱਕੀ। ਇਹ ਛੋਟਾ ਜਿਹਾ ਹੈ, ਹੁਣ ਵੀਰ ਪ੍ਰਤਾਪ ਸਿੰਘ ਬਣ ਗਿਆ ਹੈ ਤੇ ਵਿਨਾਇਕ ਸ਼ਰਮਾ ਸੀ ਇਹਦਾ ਨਾਂ, ਤੇ ਇਹਨੇ ਜਦੋਂ ਕਿਹਾ ਦੀ ਮੰਮਾ ਕੀ ਗਲਤ ਕਹਿੰਦੀ ਹੈ ਦੱਸੋ। ਹੁਣ ਜੇ ਉਹ ਨਾ ਹੁੰਦੇ ਚਾਰੋਂ ਪਾਸੇ ਅੱਲਾਹ ਅਕਬਰ ਹੋਣਾ ਸੀ, ਤੇ ਉਹ ਜਦੋਂ ਕਹਿੰਦੇ ਆ ਤੇ ਅਸੀਂ ਉਹਨਾਂ ਦੇ ਨਾਲ ਆ, ਤੁਹਾਨੂੰ ਰਹਿਣਾ ਹੈ ਤੇ ਰਹੋ। ਫਿਰ ਜਦੋਂ ਮੇਰੇ ਹਸਬੈਂਡ ਨੂੰ ਲੱਗਾ ਨਹੀਂ ਇਹ ਸੱਚ ਦੀ ਰਾਹ ਤੇ ਹੈ, ਹੁਣ ਇਹਨੇ ਮੰਨਣਾ ਨਹੀਂ ਹੈਗਾ, ਤਾਂ ਫਿਰ ਉਹਨਾਂ ਨੇ ਸਾਡਾ ਸਾਥ ਦਿੱਤਾ। ਉਹ ਹੁਣ ਸਾਡੇ ਨਾਲ ਨੇ, ਪ੍ਰਚਾਰ ਚ ਵੀ ਨਾਲ ਰਹਿੰਦੇ ਨੇ, ਨਾਲੇ ਉਹ ਮਤਲਬ ਸਿੱਖੀ ਨੂੰ ਵੀ ਅਡੋਪਟ ਕਰਦੇ ਨੇ। ਚਲੋ ਅਸੀਂ ਹਰ ਇੱਕ ਮੈਸੇਜ ਤਾਂ ਇਹੋ ਕਿ ਅਸੀਂ ਹਰ ਇੱਕ ਧਰਮ ਨੂੰ ਸਤਿਕਾਰ ਕਰਦੇ ਹਾਂ, ਹਰ ਇੱਕ ਕਿਸੇ ਦਾ ਸਨਮਾਨ ਕਰਨਾ ਚਾਹੀਦਾ, ਹਰ ਇੱਕ ਧਰਮ ਦੀ ਆਪਣੀ ਮਹਾਨਤਾ। ਸੋ ਜਿੱਥੇ ਸਿੱਖੀ ਨੂੰ ਤੁਸੀਂ ਅਪਣਾਇਆ, ਤੁਸੀਂ ਬਾਣੀਆਂ ਵੀ ਸਿੱਖੀਆਂ ਨੇ, ਤੁਹਾਨੂੰ ਪੰਜਾਬੀ ਸਿੱਖਣ ਚ ਕਿੰਨੀ ਮੁਸ਼ਕਿਲ ਆਈ ਹੈ, ਇਸ ਬਾਰੇ ਜਾਣਨਾ ਚਾਹਾਂਗੇ ਕਿ ਇੱਕ ਕਰਨਾਲ ਦੀ ਕੁੜੀ, ਹਰਿਆਣੇ ਦੀ ਛੋਰੀ, ਪੰਜਾਬਣ ਕਿਵੇਂ ਬਣੀ, ਖਾਲਸਾ ਕਿਵੇਂ ਬਣੀ? ਇਹ ਬਹੁਤ ਵੱਡੀ ਗੱਲ ਹੈ ਔਰ ਮਾਣ ਵਾਲੀ ਗੱਲ ਹੈ ਸਿੱਖ ਸਮਾਜ ਦੇ ਲਈ। ਵੇਖੋ ਭੈਣੇ, ਮੈਨੂੰ ਪਹਿਲਾਂ ਬਿਲਕੁਲ ਪੰਜਾਬੀ ਤੋਂ ਮੇਰਾ ਕੋਈ ਨਾਤਾ ਨਹੀਂ ਸੀ, ਮੇਰੇ ਚੈਪਟਰ ਦੇ ਵਿੱਚ ਵੀ ਕਦੇ ਅਸੀਂ ਪੰਜਾਬੀ ਨਹੀਂ ਪੜ੍ਹੀ ਕਿਉਂਕਿ ਸਾਨੂੰ ਸੰਸਕ੍ਰਿਤ ਪੜ੍ਹਾਈ ਜਾਂਦੀ ਸੀ। ਤੇ ਉਹਦੇ ਬਾਅਦ ਜਦੋਂ ਮੈਂ ਇਸ ਫੀਲਡ 'ਚ ਆਈ, ਦੇਖੋ ਮੇਰੇ ਮਾਂ ਪਿਓ ਨਹੀਂ ਸੀ, ਮੈਂ ਅਨਾਥ ਸੀ, ਉਹਦੇ ਕਾਰਨ ਥੋੜੀ ਜਿਹੀ ਅਨਾਥ ਪ੍ਰਵਰਤੀ ਸੀ ਮੇਰੀ, ਮੈਂ ਪ੍ਰਮਾਤਮਾ ਨੂੰ ਨਹੀਂ ਮੰਨਦੀ ਸੀ। ਲੇਕਿਨ ਜਦੋਂ 2019 ਦੇ ਵਿੱਚ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ 'ਚ ਆਈ, ਸਭ ਕੁਝ ਮੰਨਣ ਲੱਗੀ ਹਾਂ। ਉਹਦੇ ਬਾਅਦ ਆਪ ਜੀ ਦੇ ਸਮਾਜ ਦੇ, ਸਾਡੇ ਸਮਾਜ ਦੇ ਗਿਆਨੀ ਤੇਜਪਾਲ ਸਿੰਘ ਜੀ ਨੇ ਕਥਾਵਾਚਕ, ਉਹ ਮਤਲਬ ਦੇਸ਼ਾਂ ਵਿਦੇਸ਼ਾਂ 'ਚ ਕਥਾ ਕਰਦੇ ਨੇ, ਗੁਰਮਤ ਦੇ ਨਾਲ ਜੁੜੇ ਹੋਏ ਨੇ, ਟਕਸਾਲ ਦੇ ਵਿਦਿਆਰਥੀ ਨੇ, ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਆਪਣੀ ਧੀ ਬਣਾਇਆ। ਵੇਖੋ ਹੁਣ ਮਾਂ ਬਾਪ ਦੀ ਕਮੀ ਪੂਰੀ ਹੋ ਗਈ ਹੈ। ਤੇ ਜਦੋਂ ਮੈਂ ਪ੍ਰਚਾਰ ਕਰਨ ਲੱਗੀ, ਮੈਨੂੰ ਥੋੜਾ ਜਿਹਾ ਲੱਗਾ ਕਿ ਮੈਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਨਿਤਨੇਮ ਕਰਨਾ ਚਾਹੀਦਾ ਹੈ। ਤੇ ਇੱਕ ਦਿਨ ਐਵੇਂ ਹੀ ਗੁਰੂ ਸਾਹਿਬ ਦੀ ਕਿਰਪਾ ਹੋਈ, ਮੈਂ ਗੁਰੂ ਸਾਹਿਬ ਨੂੰ ਅਰਦਾਸ ਕੀਤੀ, ਗੁਰੂ ਸਾਹਿਬ ਮੈਂ ਤੁਹਾਡੀ ਬਾਣੀ ਪੜ੍ਹਨੀ ਹੈ ਤੇ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ। ਵੇਖੋ ਪਤਾ ਨਹੀਂ ਕਿਵੇਂ, ਇਹ ਤਾਂ ਮੈਂ ਕਹਿ ਸਕਦੀ ਹਾਂ ਗੁਰੂ ਸਾਹਿਬ ਜਾਣਦੇ ਨੇ ਜਾਂ ਮੈਂ ਹੀ ਜਾਣਦੀ ਹਾਂ, ਬਈ ਕਿੱਦਾਂ ਗੁਰੂ ਸਾਹਿਬ ਨੇ ਮੇਰੀ ਜ਼ਿੰਦਗੀ ਬਦਲੀ ਹੈ। ਮੈਨੂੰ ਫਿਰ ਆਪਣੇ ਆਪ ਹੀ ਪੰਜਾਬੀ ਬੋਲਣੀ ਵੀ ਆ ਗਈ, ਹੁਣ ਮੈਂ ਕਥਾ ਕਰਦੀ ਹਾਂ। ਯੂਰੋਪ ਗਈ ਸੀ, ਪਹਿਲੀ ਕਥਾ ਮੈਂ ਉੱਥੇ ਕੀਤੀ ਸੀ ਪੰਜਾਬੀ 'ਚ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਦੋਂ ਆਪਾਂ ਮੱਥਾ ਟੇਕਦੇ ਹਾਂ, ਦੇਖੋ ਭੈਣੇ ਗੱਲ ਇਹ ਹੈ, ਲੋਕੀ ਵਿਸ਼ਵਾਸ ਨਹੀਂ ਕਰਦੇ। ਜਿਹੜਾ ਆਪਣੇ ਗੁਰੂ ਤੇ ਵਿਸ਼ਵਾਸ ਕਰਦਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਿਹੜਾ ਵੀ ਕੋਈ ਅਰਦਾਸ ਕਰਕੇ ਚੱਲਦਾ ਹੈ ਨਾ, ਉਹਦਾ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਹੋ ਸਕਦਾ। ਹੁਣ ਗੁਰੂ ਸਾਹਿਬ ਦੇ ਦੇਖੋ, ਆਪਾਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨੇ ਆਵੈ ਦਾਏ ਸਭ ਥਾਈ ਹੋਏ ਸਹਾਏ। ਆਪਾਂ ਉਹ ਨੌ ਨੀਤੀ ਆਪਣਾ ਕਿਹੜੀ ਆਪਾਂ ਮੰਨਦੇ ਹਾਂ, ਘਰ ਬਾਰ ਪੈਸਾ ਧਨ ਦੌਲਤ ਬੱਚੇ ਜਵਾਕ ਇਹੀ ਮੰਨਦੇ ਹਾਂ। ਲੇਕਿਨ ਜਿਹੜੀ ਨੌ ਨਿਧੀਆਂ ਮੈਂ ਮਹਿਸੂਸ ਕਰਦੀ ਹਾਂ ਉਹ ਹੈ ਗਿਆਨ, ਧਿਆਨ, ਪ੍ਰਚਾਰ, ਪ੍ਰਸਾਰ, ਭਗਤੀ, ਪ੍ਰੇਮ, ਆਨੰਦ। ਇਸ ਤੋਂ ਵੱਡੀ ਨੌ ਨਿਧੀਆਂ ਮੈਂ ਕਿਹਾ ਕੋਈ ਮਹਿਸੂਸ ਨਹੀਂ ਕਰ ਸਕਦਾ ਜਿਹੜੀ ਮੈਂ ਕਰਦੀ ਹਾਂ। ਤੁਸੀਂ ਵਕਾਲਤ ਹੁਣ ਛੱਡ ਦਿੱਤੇ ਜਾਂ ਇਸ ਪ੍ਰੋਫੈਸ਼ਨ ਨੂੰ ਅਜੇ ਵੀ ਅਪਣਾਇਆ? ਵੇਖੋ ਅਸੀਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਕਾਲਤ ਕਰਨੀ ਹੈ, ਅਸੀਂ ਹੁਣ ਸਿੱਖੀ ਦੀ ਵਕਾਲਤ ਕਰਨੀ ਹੈ, ਕਿਉਂਕਿ ਸਾਡੀ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਕੋਈ ਇਹੋ ਜਿਹਾ ਦਿਨ ਨਹੀਂ ਹੈ ਜਿਸ ਦਿਨ ਕੋਈ ਸ਼ਹਾਦਤ ਨਾ ਹੋਈ ਹੋਵੇ। ਤੇ ਆਪ ਜੀ ਸਰਕਾਰ ਦੇ ਤੇ ਭਾਰਤ ਦੇ ਹਾਲ ਵੇਖ ਹੀ ਰਹੇ ਹੋ, ਕਿਵੇਂ ਸਿੱਖਾਂ ਦੇ ਨਾਲ ਕਿੱਦਾਂ ਦਾ ਬੈਰ ਪਾਇਆ ਜਾਂਦਾ ਹੈ। ਤੇ ਆਪਣੀ ਵਕਾਲਤ ਨੂੰ ਆਪਾਂ ਠੀਕ ਪਾਸੇ ਲਾਉਂਦੇ ਹਾਂ,
ਹੁਣ ਉਹ ਸਿੱਖਾਂ ਦੇ ਕੋਲ ਖੜਦੇ ਆ ਜਿਨ੍ਹਾਂ ਨੂੰ ਸਾਡੀ ਲੋੜ ਹੈ। ਸਿੰਘ ਬੰਦਿਆਂ ਦੀ ਰਿਹਾਈ ਦੀ ਗੱਲ ਹੋਵੇ, ਭਾਵੇਂ ਕਿਤੇ ਮੋਰਚੇ ਦੀ ਗੱਲ ਹੋਵੇ, ਕਿਸਾਨ ਮੋਰਚੇ 'ਚ ਵੀ ਮੈਂ ਡਟ ਕੇ ਖੜੀ ਰਹੀ ਉੱਥੇ ਵੀ, ਤੇ ਨਾਲੇ ਸਿੰਘ ਬੰਦਿਆਂ ਦਾ ਮੋਰਚਾ ਸਭ ਤੋਂ ਪਹਿਲਾਂ 1 ਮਈ ਨੂੰ ਮੈਂ ਲਾਇਆ ਸੀ ਪਿਛਲੇ ਸਾਲ। ਜੰਤਰ ਮੰਤਰ ਤੇ ਆਪਾਂ ਧਰਨਾ ਦਿੱਤਾ ਸੀ ਤੇ ਸਰਕਾਰ ਨੂੰ ਆਪਾਂ ਇੱਕ ਮੈਮੋਰੈਂਡਮ ਵੀ ਦਿੱਤਾ ਸੀ, ਤੇ ਉਹਦੇ ਬਾਅਦ ਇਹ ਥੋੜਾ ਜਿਹਾ ਮਤਲਬ ਸ਼ੋਰ ਸ਼ਰਾਬਾ ਸ਼ੁਰੂ ਹੋਇਆ। ਚਲੋ ਬਈ ਹੁਣ ਸਨਾਤਨ ਤੋਂ ਆ ਕੇ ਜਦੋਂ ਕੁੜੀ ਕਰ ਸਕਦੀ ਤਾਂ ਆਪਾਂ ਵੀ ਕਰ ਸਕਦੇ ਹਾਂ, ਤੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸੇਵਾ ਬਖਸ਼ੀ ਹੈ ਅਸੀਂ ਹੁਣ ਵਕਾਲਤ ਸਿੱਖੀ ਦੀ ਤੇ ਆਪਾਂ ਗੁਰੂ ਸਾਹਿਬ ਦੀ ਕਰਨੀ ਹੈ। ਅੱਛਾ, ਤੁਸੀਂ ਇੱਕ ਗੱਲ ਦੱਸੋ, ਤੁਹਾਡੇ ਜਿਵੇਂ ਕਿ ਤੁਹਾਡੇ ਬੇਟਾ ਤੁਹਾਡੇ ਨਾਲ ਹੈ, ਵੀਰ ਪ੍ਰਤਾਪ ਸਿੰਘ ਇਹਨਾਂ ਦਾ ਨਾਮ ਹੈ, ਤੁਹਾਡੇ ਹਸਬੈਂਡ ਵੀ ਸਿੰਘ ਸੱਜਣ ਨੇ ਜਾਂ ਉਹ ਆਪਣੇ ਧਰਮ ਦੇ ਵਿੱਚ? ਹਾਲੇ ਮੇਰਾ ਬੇਟਾ ਸਿੰਘ ਸਜਾ ਹੈ, ਥੋੜੇ ਦਿਨ ਹੋਏ ਇਹਨੂੰ, 2 ਮਹੀਨੇ, ਤੇ ਹੁਣ ਮੇਰੀ ਕੁੜੀ ਵੀ ਖੜੀ ਹੈ, ਆਪ ਜੀ ਦੇਖ ਸਕਦੇ ਹੋ, ਇਹਨੇ ਅੰਮ੍ਰਿਤਸਰ ਜਾ ਕੇ ਹੁਣ ਅੰਮ੍ਰਿਤ ਛਕਣਾ ਹੈ। ਤੇ ਵੇਖੋ ਆਪਾਂ ਕਹਿੰਦੇ ਆ ਅੰਮ੍ਰਿਤ ਛਕਣਾ ਕੋਈ, ਇਹ ਉਹ ਧਰਮ ਹੈ ਜਿੱਥੇ ਸਤਿਕਾਰ ਨਾਲ ਕੋਈ ਪਿਆਰ ਨਾਲ ਇਹ ਧਰਮ ਤੋਂ ਪ੍ਰਭਾਵਿਤ ਹੋ ਕੇ ਹੀ ਅੰਮ੍ਰਿਤ ਛਕਦਾ ਹੈ। ਇਹ ਕੋਈ ਉਹ ਨਹੀਂ ਹੈਗੀ ਕਿ ਆਪਾਂ ਕ੍ਰਿਸਚਨਿਟੀ ਦੇ ਵਿੱਚ ਹੈ, ਆਪਾਂ ਕਿਸੇ ਨੂੰ ਪੈਸੇ ਦੇ ਕੇ ਬਣਾ ਲਈਏ, ਆਪਾਂ ਚਮਤਕਾਰ। ਇਸ ਧਰਮ ਦੇ ਵਿੱਚ ਤਾਂ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦੀ ਨੀਂਹ ਰੱਖੀ ਸੀ, ਉੱਥੇ ਸ਼ਹਾਦਤ ਦੀ ਨੀਂਹ ਕਰਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦੇ ਬਹੁਤ ਸ਼ਹੀਦ ਹੋਏ ਸੀ, ਹੈ ਨਾ। ਤੇ ਆਪਾਂ ਕਹਿੰਦੇ ਹਾਂ ਕਿ ਹੁਣ ਹੌਲੇ ਹੌਲੇ ਮੈਂ ਇਹਨੂੰ ਕੰਪੈਲ ਨਹੀਂ ਕੀਤਾ। ਇੱਕ ਦਿਨ ਮੈਂ ਯੂਰੋਪ ਸੀ, ਇਹਨੇ ਮੈਨੂੰ ਕਿਹਾ ਮੰਮਾ ਆਪ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਆਇਓ ਫਲਾਈਟ ਤੋਂ। ਮੈਂ ਕਿਹਾ ਕੀ ਹੋਇਆ? ਕਹਿੰਦੇ ਮੈਂ ਉੱਥੇ ਨਾ ਦਰਬਾਰ ਸਾਹਿਬ ਮੱਥਾ ਟੇਕਣਾ, ਸ਼ੋਪਿੰਗ ਕਰਨੀ ਹੈ। ਆਪ ਜੀ ਇਹ ਵੇਖੋ, ਉੱਥੇ ਮੇਰੇ ਬੇਟੇ ਨੇ ਮੈਨੂੰ ਕਿਹਾ, ਕਹਿੰਦਾ ਮੈਂ ਪੰਚਕਕਾਰ ਕੀ ਸ਼ੋਪਿੰਗ ਕਰਨੀ ਹੈ। ਬੱਚੇ ਕਰਦੇ ਨੇ ਖਿਡੌਣੇ ਵਗੈਰਾ ਜਿਹੜੇ ਹੁੰਦੇ ਆ। ਮੈਨੂੰ ਬੜੀ ਖੁਸ਼ੀ ਹੋਈ, ਇਹਦੇ ਮਨ ਚੋਂ ਆਇਆ ਕਿ ਮੈਂ ਅੰਮ੍ਰਿਤ ਛਕਣਾ ਹੈ। ਫਿਰ ਮੇਰੀ ਬਿਟੀਆ ਕਹਿੰਦੀ ਹੈ, ਹੁਣ ਥੋੜੇ ਦਿਨ ਪਹਿਲਾਂ ਹੀ ਕਹਿੰਦੀ ਮੈਂ ਵੀ ਅੰਮ੍ਰਿਤ ਛਕਣਾ ਹੈ। ਤੇ ਦੇਖੋ ਆਪਾਂ ਕਿਸੇ ਨੂੰ ਕੰਪੈਲ ਕਰਕੇ ਨਹੀਂ ਕਰ ਸਕਦੇ, ਤੇ ਮੈਂ ਚਾਹੁੰਦੀ ਹਾਂ ਆਪਣੇ ਦਿਲੋਂ ਆਵਾਜ਼ ਆਣੀ ਚਾਹੀਦੀ ਹੈ। ਘਰ 'ਚ ਸਾਰੇ ਸਿੱਖੀ ਸਿਧਾਂਤ ਸਾਡੇ ਰੂਲ ਫੋਲੋ ਹੁੰਦੇ ਨੇ, ਅਸੀਂ ਪ੍ਰਕਾਸ਼ ਕੀਤਾ ਹੋਇਆ, ਸੁਖਾਸਨ ਕਰਦੇ ਹਾਂ ਤੇ ਗੁਰਬਾਣੀ ਨਾਲ ਜੁੜੇ ਹੋਏ ਆ, ਪ੍ਰਚਾਰ ਕਰਦੇ ਆ ਗੁਰੂ ਸਾਹਿਬ ਦਾ। ਤੇ ਇੱਥੇ ਵੀ ਮੇਰੀ ਕਥਾ ਦੀ ਹਾਜ਼ਰੀ ਹੈਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰ ਤੇ। ਤੇ ਆਪ ਜੀ ਇਹ ਵੇਖੋ ਕਿ ਮੇਰੇ ਹਸਬੈਂਡ ਦਾ ਬਹੁਤ ਮਨ ਹੈ, ਹੁਣ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਇਸ ਸਾਲ ਦੇ ਵਿੱਚ ਮੇਰਾ ਬੇਟਾ ਵੀ ਤੇ ਮੇਰੇ ਹਸਬੈਂਡ ਵੀ, ਉਹ ਵੀ ਸਿੰਘ ਸਜਣਗੇ। ਬਹੁਤ ਮਾਣ ਵਾਲੀ ਗੱਲ ਹੈ। ਸੋ ਇਹਨਾਂ ਦਾ ਜਿਹੜਾ ਬੇਟਾ ਹੈ, ਪੁੱਤਰ ਹੈ, ਉਹ ਵੀਰ ਪ੍ਰਤਾਪ ਸਿੰਘ ਹੁਣ ਖਾਲਸਾ ਬਣਨ ਵਾਲੇ ਨੇ, ਥੋੜੀ ਦੇਰ ਦੇ ਵਿੱਚ ਉਹ ਅੰਮ੍ਰਿਤ ਛਕਣਗੇ ਕੁਝ ਦਿਨਾਂ ਦੇ ਵਿੱਚ। ਸੋ ਸਿੱਖ ਕੌਮ ਦੇ ਲਈ ਵਾਕਈ ਮਾਣ ਵਾਲੀ ਗੱਲ ਹੈ ਕਿ ਦੂਜੇ ਧਰਮ ਦੇ ਜਿਹੜੇ ਇਹ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਨੂੰ ਸਿੱਕੇ, ਸੋ ਅੱਗੇ ਸਿੱਖ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਨੇ, ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਨੇ। ਸੋ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਨਾਲ ਬੈਠੇ ਹੋਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹਿਲੀ ਵਾਰ ਜਦੋਂ ਮੰਮਾ ਨੇ ਤੁਹਾਡੇ ਮਾਤਾ ਜੀ ਨੇ ਸਿੰਘ ਸੱਜਣ ਦੀ ਗੱਲ ਕੀਤੀ ਸੀ, ਸੋ ਖਾਲਸਾ ਨਾਮ ਦੇ ਨਾਲ ਲਾਇਆ ਸੀ, ਪਰਿਵਾਰ ਦੇ ਵਿੱਚ ਬਹੁਤ ਗੁੱਸਾ ਗਿਲਾ ਚੱਲਿਆ ਹੋਵੇਗਾ, ਉਸ ਵੇਲੇ ਤੁਸੀਂ ਕਿਵੇਂ ਆਪਣੀ ਮੰਮਾ ਨੂੰ ਸਪੋਰਟ ਕੀਤਾ? ਸਭ ਤੋਂ ਪਹਿਲਾਂ ਤੋਂ ਘਰ ਨੇ ਬਿਲਕੁਲ ਵੀ ਸਪੋਰਟ ਨਹੀਂ ਕੀਤਾ, ਸਾਡੇ ਖਾਨਦਾਨ ਨੇ ਬਿਲਕੁਲ ਸਪੋਰਟ ਨਹੀਂ ਕੀਤਾ। ਕਹਿੰਦੇ ਤੁਸੀਂ ਸਨਾਤਨ ਦਾ ਪ੍ਰਚਾਰ ਕਰੋ, ਤਾਂ ਮੇਰੀ ਮਾਤਾ ਜੀ ਨੇ ਕਿਹਾ ਕਿ ਇਹ ਸਨਾਤਨ ਧਰਮ, ਇਹ ਤਿਲਕ ਜਨ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਾ ਬਚਾਇਆ ਹੋਇਆ, ਉਹਨਾਂ ਨੇ ਸਾਡੇ ਲਈ ਇਤਨੀ ਬੜੀ ਸ਼ਹਾਦਤ ਦਿੱਤੀ। ਉੱਥੇ ਜਦੋਂ ਕਸ਼ਮੀਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਉਂਦੇ ਆ ਤੇ ਕਹਿੰਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੁਸੀਂ ਸਾਡਾ ਧਰਮ ਬਚਾ ਸਕਦੇ ਹੋ, ਤੇ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਹਿੰਦੇ ਕਿ ਪਿਤਾ ਜੀ ਇਹ ਤੁਸੀਂ ਹੋ ਜਿਹੜੇ ਕਸ਼ਮੀਰੀ ਪੰਡਿਤ ਆ, ਯਾਨੀ ਕਿ ਸਨਾਤਨ ਧਰਮ ਨੂੰ ਬਚਾ ਸਕਦੇ ਹੋ, ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਕੋਲ ਜਾਂਦੇ ਆ। ਕਸ਼ਮੀਰੀ ਪੰਡਿਤ ਉੱਥੇ ਵਾਅਦਾ ਕਰਦੇ ਆ ਕਿ ਆਪਣੇ ਘਰ ਤੋਂ ਇੱਕ ਬੱਚਾ ਸਿੱਖ ਜ਼ਰੂਰ ਬਣਾਏਗੀ, ਤਾਂ ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ, ਮੇਰੀ ਮਾਂ ਨੇ ਆਪਣਾ ਵਾਅਦਾ, ਮੇਰੀ ਮਾਤਾ ਜੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਮੈਨੂੰ ਸਿੰਘ ਸਜਾ ਕੇ, ਤੇ ਹੁਣ ਵਾਰੀ ਤੁਹਾਡੀ ਹੈ, ਆਪਣੇ ਘਰ ਤੋਂ ਇੱਕ ਬੱਚਾ ਜ਼ਰੂਰ ਸਿੰਘ ਬਣਾਓ, ਤਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਾ 96 ਕਰੋੜੀ ਖਾਲਸਾ ਦਾ ਸੰਕਲਪ ਪੂਰਾ ਹੋ ਸਕੇ। ਦਸਤਾਰ ਸਜਾ ਕੇ ਸਿਰ ਦੇ ਉੱਤੇ ਖੰਡਾ ਲਗਾ ਕੇ ਮਾਣ ਮਹਿਸੂਸ ਹੁੰਦਾ?
ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਦਸਤਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੈ, ਉਹਨਾਂ ਦੇ ਪਰਿਵਾਰ ਪੂਰਾ ਸ਼ਹੀਦ ਹੋਇਆ। ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਨੀਹਾਂ ਦੇ ਵਿੱਚ ਨਵਾਏ ਗਏ ਸਰਿੰਦ ਦੇ ਵਿੱਚ, ਚਮਕੌਟ ਦੀ ਗਰੀ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ। ਇਹ ਦਸਤਾਰ ਸਾਡੀ ਸਿੱਖ ਸ਼ਹਾਦਤਾਂ ਨੇ ਬਚਾਈ ਹੈ ਤੇ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ। ਸਿੱਖਾਂ ਬਾਰੇ ਪੜ੍ਹਾਉਣਾ ਚਾਹੀਦਾ ਹੈ, ਸ਼ਹੀਦਾਂ ਬਾਰੇ ਪੜ੍ਹਾਉਣਾ ਚਾਹੀਦਾ, ਸਾਹਿਬਜ਼ਾਦਿਆਂ ਬਾਰੇ ਪੜ੍ਹਾਉਣਾ ਚਾਹੀਦਾ ਹੈ। ਅੱਜ ਮਾਵਾਂ ਕਹਿੰਦੀ ਹੈ ਕਿ ਸਾਡੇ ਬੱਚੇ ਵਿਗੜ ਗਏ ਨੇ, ਏਜੰਸੀਆਂ ਨੇ ਵਿਗਾੜ ਦਿਆ, ਪਰ ਮੈਂ ਕਹਤਾ ਹੂੰ ਸਭ ਤੋਂ ਵੱਡੀ ਗਲਤੀ ਜਦੋਂ ਬੱਚੇ ਵਿਗੜਦੇ ਉਹਨਾਂ ਦੇ ਮਾਂ ਬਾਪ ਦੀ ਹੁੰਦੀ ਹੈ, ਜਿਹੜੇ ਉਹਨਾਂ ਨੂੰ ਛੋਟੇ ਹੁੰਦੇ ਸਮੇਂ ਦੇ ਵਿੱਚ ਫੋਨ ਫੜਾ ਦਿੰਦੇ ਨੇ। ਜੇ ਮਾਂ ਬਾਪ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੇ, ਨਹਾਤੇ ਧੋਤੇ ਸਮੇਂ ਉਹਨਾਂ ਨੂੰ ਸਿਮਰਨ ਕਰਾਏ, ਤਾਂ ਆਉਣ ਵਾਲੀ ਪੀੜ੍ਹੀ ਇੱਕ ਪਿਓਰ ਖਾਲਸਾ ਬਣੂਗੀ। ਬੱਚਿਆਂ ਗੁਰਘਰ ਨਹੀਂ ਜਾਂਦੇ, ਮਾਵਾਂ ਬੱਚਿਆਂ ਨੂੰ ਫੋਨ ਫੜਾ ਕੇ ਖੁਦ ਨਾਟਕ ਦੇਖਦੀ ਹੈ, ਮਾਵਾਂ ਨੂੰ ਸ਼ਹੀਦਾਂ ਬਾਰੇ ਪਤਾ ਹੀ ਨਹੀਂ, ਆਪਣੇ ਬੱਚਿਆਂ ਨੂੰ ਦੱਸੇਗੀ ਕਿੱਦਾਂ। ਮਾਵਾਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ, ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ। ਬੱਚੇ ਕੇਸ਼ ਕਤਲ ਕਰਾਉਂਦੇ ਨੇ, ਬੱਚੇ ਗੁਰੂਗੜ ਨਹੀਂ ਜਾਂਦੇ ਨੇ। ਜਦੋਂ ਮੈਂ ਵਿਨਾਇਕ ਸ਼ਰਮਾ ਹੋ ਕੇ ਵੀਰ ਪ੍ਰਤਾਪ ਸਿੰਘ ਸਜਦਾ ਤਾਂ ਭਾਗਾ ਵਾਲਿਓ ਤੁਹਾਡਾ ਜਨਮ ਤਾਂ ਖਾਲਸਾ ਦੇ ਵਿੱਚ ਹੋਇਆ ਹੈ। ਬੱਚੇ ਦੀਆਂ ਗੱਲਾਂ ਨਾ ਦਿਲ ਨੂੰ ਛੂ ਗਈਆਂ ਨੇ। ਜੇ ਵਿਨਾਇਕ ਸ਼ਰਮਾ ਤੋਂ ਵੀਰ ਪ੍ਰਤਾਪ ਸਿੰਘ ਖਾਲਸਾ ਹੋ ਸਕਦਾ ਤਾਂ ਸਿੱਖ ਕੌਮ ਦੇ ਨਾਲ ਜਿਹੜੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ ਆਪਣੀ ਸਿੱਖੀ ਦੇ ਨਾਲ ਕਿਉਂ ਨਹੀਂ ਜੁੜੇ ਰਹਿ ਸਕਦੇ। ਬਾਕੀ ਬਹੁਤ ਵੱਡੀ ਗੱਲ ਇਸ ਬੱਚੇ ਨੇ ਬੋਲੀ, ਸੋ ਆਖਰੀ ਮੈਸੇਜ ਕੋਈ ਦੇਣਾ ਚਾਹੋਗੇ? ਹਾਂਜੀ, ਮੈਂ ਪੂਰੀ ਗੁਰਪਿਆਰੀ ਸਾਧ ਸੰਗਤ ਜੀ ਨੂੰ ਆਪ ਜੀ ਦੇ ਚੈਨਲ ਡੇਲੀ ਪੋਸਟ ਦੇ ਰਾਹੀਂ ਜਿਹੜਾ ਸੰਸਾਰ ਦੇ ਵਿੱਚ ਸਿੱਖੀ ਦਾ ਵੀ ਪ੍ਰਚਾਰ ਕਰਦਾ, ਸੱਚ ਦੇ ਹੱਕ ਦੇ ਨਾਲ ਵੀ ਖੜਦਾ ਹੈ, ਤੇ ਮੈਂ ਬਹੁਤ ਬਹੁਤ ਇਸ ਚੈਨਲ ਨੂੰ ਵੀ ਸ਼ੁਭਕਾਮਨਾਵਾਂ ਦਿੰਦੀ ਹਾਂ। ਤੇ ਨਾਲੇ ਮੈਂ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸਿਰਫ ਇਹੀ ਕਹਾਂਗੀ ਕਿ ਸਨਾਤਨ ਧਰਮ ਦੇ ਜਿੰਨੇ ਵੀ ਵੱਡੇ ਵੱਡੇ ਮਹੰਤ ਨੇ, ਸਨਾਤਨ ਧਰਮ ਦੇ ਜਿੰਨੇ ਵੱਡੇ ਵੱਡੇ ਕਥਾਵਾਚਕ ਨੇ, ਸਭ ਜੀ ਨੂੰ ਮੈਂ ਆਪ ਜੋੜ ਕੇ ਇਹੀ ਅਪੀਲ ਕਰਾਂਗੀ, ਵੱਡੇ ਵੱਡੇ ਸਟੇਜਾਂ ਤੋਂ ਆਪ ਜੀ ਜਦੋਂ ਗੱਲ ਕਰਦੇ ਹੋ ਰਾਮਾਇਣ ਦੀ, ਮਹਾਭਾਰਤ ਦੀ ਤੇ ਗੀਤਾ ਦੀ, ਤੇ ਉਸ ਦੇ ਨਾਲ ਇਹ ਵੀ ਜ਼ਰੂਰ ਦੱਸਣਾ ਚਾਹੀਦਾ ਇਸ ਕਲਯੁੱਗ ਦੇ ਵਿੱਚ ਇਹ ਗੀਤਾ ਪੜ੍ਹਨ ਲਾਇਕ, ਰਾਮਾਇਣ ਪੜ੍ਹਨ ਲਾਇਕ, ਮੰਦਿਰਾਂ ਦੀ ਘੰਟੀ ਵਜਾਉਣ ਲਾਇਕ, ਸਾਨੂੰ ਕਿਸਨੇ ਅੱਜ ਇਹ ਜਿੰਨੀ ਪਾਵਰ ਬਖਸ਼ੀ ਹੈ, ਇਹ ਸਾਨੂੰ ਮਤ ਬਖਸ਼ੀ ਹੈ, ਅੱਜ ਆਪਾਂ ਇੰਨੇ ਖੁੱਲੇ ਵਿਚਾਰਾਂ ਨਾਲ ਬਹਿ ਕੇ ਅੱਜ ਪਾਠ ਕਰਦੇ ਹਾਂ, ਵਰਤ ਕਰਦੇ ਹਾਂ, ਤਿਉਹਾਰ ਕਰਦੇ ਹਾਂ, ਬਿੰਦੀ ਸੰਦੂਰ ਤਿਲਕ ਜੰਝੂ ਲੰਘਾਉਂਦੇ ਹਾਂ, ਤੇ ਇਹ ਸਾਨੂੰ ਕਾਬਿਲ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਅੱਜ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਪੂਰਾ ਪਰਿਵਾਰ ਸ਼ਹੀਦ ਕੀਤਾ ਹੈ, ਤੇ ਉਹ ਆਪਣੇ ਜੜ ਜੋਰੂ ਵਾਸਤੇ ਨਹੀਂ, ਜ਼ਮੀਨ ਵਾਸਤੇ ਨਹੀਂ, ਉਹ ਤੁਹਾਡੇ ਧਰਮ ਵਾਸਤੇ, ਮਾਨਵਤਾ ਵਾਸਤੇ, ਦੇਸ਼ ਵਾਸਤੇ, ਤੇ ਅੱਜ ਆਪਣੇ ਬੱਚਿਆਂ ਦੇ ਵਿੱਚ ਇਹੋ ਜਿਹੇ ਸੰਸਕਾਰ ਡਾਲੋ ਕਿ ਅੱਜ ਅਹਿਸਾਨ ਫਰਾਮੋਸ਼ ਸਾਡੇ ਬੱਚੇ ਨਾ ਬਣਨ, ਤੇ ਸਾਹਿਬ ਜੀ ਨੂੰ ਇਹੀ ਅਪੀਲ ਕਿ ਪਲੀਜ਼ ਅਹਿਸਾਨ ਫਰਾਮੋਸ਼ ਨਾ ਬਣੀਏ, ਕਿਉਂਕਿ ਆਉਣ ਵਾਲੇ ਸਮੇਂ 'ਚ ਫਿਰ ਏਦਾਂ ਨਾ ਹੋਵੇ ਕਿ ਫਿਰ ਕੋਈ ਤੁਹਾਡੇ ਉੱਤੇ ਕੋਈ ਹੋਰ ਕੋਈ ਇਹੋ ਜਿਹੀ ਤਾਕਤ ਹਾਵੀ ਹੋਵੇ, ਫਿਰ ਤੁਹਾਡੇ ਕੋਲ ਕੋਈ ਰਸਤਾ ਨਾ ਬਚੇ। ਤੇ ਸਾਰੇ ਗੁਰੂਆਂ ਦਾ ਸਤਿਕਾਰ ਕਰੋ, ਸਨਾਤਨ ਤੇ ਸਿੱਖੀ ਜਿਹੜੀ ਹੈ ਉਹ ਭਾਈਚਾਰਾ ਕਾਇਮ ਰਹੇ। ਅਸੀਂ ਕਹਿੰਦੇ ਹਾਂ ਸਨਾਤਨ ਸਿੱਖੀ ਇੱਕ ਦੂਜੇ ਦੇ ਪਹਿਲੂ ਨੇ, ਇਹ ਸਰਕਾਰਾਂ ਕਰਕੇ ਸਾਡੇ ਸਿੱਖੀ ਦੀ ਤੇ ਸਨਾਤਨ ਦੀ ਫਾੜ ਹੋਈ ਹੋਈ ਹੈ, ਲੇਕਿਨ ਸਾਰੇ ਗੁਰੂ ਸਾਡੇ ਵੀ ਹੈ, ਅਸੀਂ ਉਹਨਾਂ ਨੂੰ ਸਿੱਖਾਂ ਦਾ ਗੁਰੂ ਨਹੀਂ, ਅਸੀਂ ਉਹਨਾਂ ਨੂੰ ਆਪਣਾ ਗੁਰੂ ਕਹੀਏ। ਸਾਡੇ ਵਾਸਤੇ ਸ਼ਹਾਦਤ ਦਿੱਤੀ ਹੋਈ ਹੈ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ, ਮਾਤਾਵਾਂ ਨੂੰ ਇਹੀ ਅਪੀਲ ਹੈ, ਤੇ ਆਪ ਜੀ ਚੈਨਲ ਦਾ ਬਹੁਤ ਬਹੁਤ ਧੰਨਵਾਦ, ਤੇ ਸਾਰੀ ਗੁਰਪਿਆਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਹੋਰ ਕਹਾਂਗਾ,
ਜਿਹੜੀ ਵੀ ਸੰਗਤ ਡੇਲੀ ਪੋਸਟ ਦੇ ਰਾਹੀਂ ਸਾਨੂੰ ਵੇਖ ਰਹੀ ਹੈ, ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਵ ਦੀ ਅਲੱਗ ਅਲੱਗ ਵਧਾਈਆਂ। ਵਾਕੇ ਅਨੁਰਾਧਾ ਜੀ, ਤੁਹਾਨੂੰ ਮਿਲ ਕੇ ਵਾਕੇ ਦਿਲੋਂ ਖੁਸ਼ੀ ਹੋਈ। ਜਦੋਂ ਤੁਸੀਂ ਗੱਲਾਂ ਕਰ ਰਹੇ ਸੀ, ਸੋ ਵਿਚਾਰ ਜਿਹੜੇ ਸਾਂਝੇ ਕੀਤੇ ਸਿੱਖ ਧਰਮ ਦੇ ਲਈ, ਵਾਕੇ ਰੂਹ ਨੂੰ ਉਹ ਗੱਲਾਂ ਕੁਝ ਚੁੱਭ ਰਹੀਆਂ ਸਨ। ਸੋ ਸਿੱਖ ਕੌਮ ਦੇ ਲਈ ਇੱਕ ਸੰਦੇਸ਼ ਹੈ, ਜੇਕਰ ਸਨਾਤਨ ਧਰਮ ਦੇ ਵਿੱਚ ਹੋ ਕੇ ਇਹ ਖਾਲਸਾ ਧਰਮ ਨੂੰ ਅਪਣਾ ਸਕਦੇ ਨੇ। ਆਪਣੇ ਨਾਮ ਦੇ ਨਾਲ ਅਨੁਰਾਧਾ ਭਾਰਗਵ ਤੋਂ ਬਾਅਦ ਅਨੁਰਾਧਾ ਕੌਰ ਖਾਲਸਾ ਬਣ ਸਕਦੇ ਨੇ, ਤੇ ਅਸੀਂ ਕਿਉਂ ਨਹੀਂ? ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੀਏ, ਗੁਰੂ ਸਾਹਿਬ ਦੀਆਂ ਸ਼ਹੀਦੀਆਂ ਦੇ ਬਾਰੇ ਦੱਸੀਏ, ਔਰ ਗੁਰੂ ਘਰਾਂ ਵਿਖੇ ਲਿਜਾ ਕੇ ਉਹਨਾਂ ਨੂੰ ਦੱਸੀਏ ਕਿ ਉਹਨਾਂ ਦੇ ਗੁਰੂਆਂ ਨੇ ਕਿੰਨੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਤੁਹਾਨੂੰ ਜ਼ਿੰਦਾ ਰੱਖਣ ਦੇ ਲਈ, ਤੁਹਾਡੇ ਧਰਮ ਨੂੰ ਬਚਾਉਣ ਦੇ ਲਈ। ਸੋ ਪਟਨਾ ਸਾਹਿਬ ਦੀ ਇਸ ਪਾਵਨ ਪਵਿੱਤਰ ਮੁਕੱਦਸ ਧਰਤੀ ਤੇ ਖੜੇ ਹਾਂ, ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸੋ ਅੱਗੇ ਵੀ ਇਸੇ ਤਰ੍ਹਾਂ ਕੋਸ਼ਿਸ਼ ਰਹੇਗੀ, ਜਿੰਨੇ ਦਿਨ ਵੀ ਇੱਥੇ ਗੁਜ਼ਾਰੀਏ ਤੇ ਤੁਹਾਡੇ ਤੱਕ ਇਹੋ ਜਿਹੀਆਂ ਕਹਾਣੀਆਂ, ਸੋ ਇਹੋ ਜਿਹੇ ਜਿਹੜੇ ਖਾਸ ਇੰਟਰਵਿਊਜ਼ ਤੁਹਾਡੇ ਤੱਕ ਲੈ ਕੇ ਆਈਏ। ਸ੍ਰੀ ਪਟਨਾ ਸਾਹਿਬ ਤੋਂ ਵੀਡੀਓ ਜਰਨਲਿਸਟ ਸੁਮਿਤ ਕਲੇਰ ਦੇ ਨਾਲ ਮੈਂ ਮਨਪ੍ਰੀਤ ਕੌਰ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।